ਆਪਣੇ ਆਪਣੇ ਕੜਾ ਪ੍ਰਸ਼ਾਦੀ ਦੇਗ ਇੱਦਾਂ ਲੈ ਲੈਣਗੇ ਬਾਹਰ ਜਾ। ਪਹਿਲੀ ਗੱਲ ਤਾਂ ਲੈਣੀ ਨਹੀਂ, ਜੇ ਸੰਗਤ ਵਿੱਚ ਲੈ ਲਈ ਇੱਦਾਂ ਰੱਖ ਲੈਣਾ ਬਾਹਰ ਜਾ ਕਿਸੇ ਹੋਰ ਨੂੰ, ਦੇਗ ਲੈਣ ਤੋਂ ਵੀ ਗੁਰੇਜ਼ ਕਰਦੇ। ਭਲਾ ਕਿਉਂ, ਪਤਾ ਨਹੀਂ ਕਿਹੜੇ ਬੰਦੇ ਨੇ ਬਣਾਈ ਹੈ। ਅੱਛਾ, ਇਹੋ ਜਿਹਾ ਬੰਦਾ ਬਿਮਾਰ ਹੋ ਜਾਏ ਕਿਤੇ, ਧਿਆਨ ਨਾਲ ਸੁਣਿਓ, ਇਹੋ ਜਿਹਾ ਬੰਦਾ ਬਿਮਾਰ ਹੋ ਜਾਏ, ਐਕਸੀਡੈਂਟ ਹੋ ਜਾਏ, ਅਤੇ ਜਿਹੜਾ ਗਰੁੱਪ ਉਹਨੂੰ ਖੂਨ ਦਾ ਚਾਹੀਦਾ ਹੋਵੇ ਉਹ ਲਾਗੇ ਲਾਗੇ ਕਿਤਿਓਂ ਨਾ ਮਿਲੇ, ਇੱਕ ਨਸ਼ੇੜੀ ਬੰਦੇ ਦਾ ਖੂਨ ਮੈਚ ਕਰ ਜਾਏ। ਬੋਲੋ, ਗੱਲ ਸਮਝੀ ਗਏ ਜਿਹੜੀ ਮੈਂ ਕਹਿਣਾ ਚਾਹੁੰਦਾ। ਉਹ ਬਿਨਾਂ ਮਾਸ ਤੋਂ ਰੋਟੀ ਨਾ ਖਾਂਦਾ ਹੋਵੇ, ਨਸ਼ੇ ਤੋਂ ਬਿਨਾਂ ਰਹਿੰਦਾ ਨਾ ਹੋਵੇ, ਡਾਕਟਰ ਕਹੇ ਤਾਂ ਖੂਨ 'ਚ ਕੋਈ ਨੁਕਸ ਨਹੀਂ, ਅਤੇ ਉਹਨੂੰ ਪੁੱਛਿਆ ਜਾਵੇ ਜੀ ਖੂਨ ਚੜ੍ਹਾ ਦਈਏ, ਉਦੋਂ ਭਲਾ ਕੀ ਕਹੂਗਾ ਜੀ? ਬੋਲੋ ਪਿਆਰਿਓ, ਕੀ ਕਹੂਗਾ? ਮਰ ਲੈਣ ਦਿਓ ਮੈਨੂੰ। ਕਹੇਗਾ ਜਿੱਦਾਂ ਹੁੰਦਾ ਦਬਦਾ, ਮੈਨੂੰ ਖੂਨ ਦੀ ਬੋਤਲ ਲਾ, ਬਚਾ ਮੈਨੂੰ ਹੁਣ ਪਿਆਰਿਆ। ਉਹ ਸਾਰਾ ਖੂਨ ਮਾਸ ਖਾਣੇ ਮਾਸ ਨਾਲ ਤਿਆਰ ਹੋਇਆ, ਹੁਣ ਤੇਰੇ ਸਾਰੇ ਸਰੀਰ 'ਚ ਹੀ ਖੂਨ ਮਾਸ ਬੜਾ ਤੁਰਿਆ ਫਿਰਦਿਆ ਕਿਉਂ? ਸਤਨਾਮ ਸਤਿਗੁਰ ਨੇ ਪਤਾ ਬਾਣੀ 'ਚ ਕੀ ਆਖਿਆ, ਘੇ ਪੱਟ ਪਾਂਡਾ ਕਹੇ ਨਾ ਕੋ। ਜਿਵੇਂ ਦੇਸੀ ਘਿਓ ਨਹੀਂ ਤੁਸੀਂ ਕਦੀ ਨੋਟ ਕੀਤਾ, ਕਿਤੇ ਗਲਾਸ ਵਿੱਚ ਪਾਣੀ ਪਿਆ ਅਤੇ ਉਹ 'ਚ ਮੱਖੀ ਪੈ ਜਾਏ ਅਤੇ ਆਪਾਂ ਦਬ ਦਬ ਕੀ ਕਰਦੇ? ਭਲਾ ਪਾਣੀ ਡੋਲ ਦਿੰਦੇ। ਬਾਲਟੀ ਇੱਕ ਭਰੀ ਹੋਵੇ ਪਾਣੀ ਦੇ, ਉਹ 'ਚ ਵੀ ਦੋ ਮੱਖੀਆਂ ਪੈ ਜਾਣ ਅਤੇ ਪਾਣੀ ਡੋਲ ਦਿੰਦੇ। ਅੱਛਾ, ਦੇਸੀ ਘਿਓ ਦੀ ਕੌਲੀ 'ਚ ਮੱਖੀ ਪੈ ਜਾਏ, ਘਿਓ ਡੋਲ ਦਿੰਦੇ। ਇੱਦਾਂ ਮੱਖੀ ਕੱਢ ਕੇ ਨਾਲੇ ਪਤਾ ਕਹਿਣਗੇ ਘਿਓ ਤਾਂ ਸੁੱਚਾ ਹੀ ਹੁੰਦਾ, ਘਿਓ ਸੁੱਚਾ ਨਹੀਂ ਹੁੰਦਾ, ਘਿਓ ਮਹਿੰਗਾ ਹੈ। ਸੁੱਚੇ ਦੀ ਗੱਲ ਨਹੀਂ ਗੀ ਘਿਓ, ਸਗੋਂ ਪਾਣੀ ਵਿਚਾਰੇ ਤਾਂ ਮੱਖੀ ਨੂੰ ਕੱਢੋ ਫੇਰ ਵੀ ਉੱਡਦੀ ਮਾੜਾ ਮੋਟ, ਘਿਓ ਤਾਂ ਇਹੋ ਜਿਹਾ ਸੰਘਣਾ ਹੁੰਦਾ ਉਹਦੀ ਜਾਨ ਕੱਢ ਕੇ ਛੱਡਦਾ, ਉਹਨੂੰ ਸਾਰਾ ਨਿਚੋੜ ਲੈਂਦਾ ਮੱਖੀ ਨੂੰ। ਮੱਖੀ ਦੀ ਡੈਥ ਘਿਓ ਦੇ ਵਿੱਚ ਹੁੰਦੀ ਹੈ, ਉਹ ਆਖਰੀ ਸਾਹ ਘਿਓ ਦੇ ਵਿੱਚ ਲੈਂਦੀ ਹੈ, ਅਤੇ ਉਹੀ ਘਿਓ ਦਾ ਮੁੜ ਕੇ ਇੱਦਾਂ ਚਮਚਾ ਭਰ ਕੇ ਬਾਬਾ ਜੀ ਨੂੰ ਪਾ ਦਿਓ, ਬਾਬਾ ਜੀ ਸਮੇਤ ਮੱਖੀ ਘਿਓ ਖਾ ਗਿਆ। ਮੈਂ ਨਹੀਂ ਕਹਿ ਰਿਹਾ, ਤਲੰਗ ਰਾਗ 'ਚ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ, ਪੱਟ ਪਾਂਡਾ ਕਹੇ ਨਾ ਕੋਏ। ਸਿੱਖੀ ਤੇ ਸਾਧਾਂ ਦੀ ਚੱਕੀ ਫਿਰਦੇ ਆ, ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਤੱਕ ਤੇ ਅਗਲਿਆਂ ਨੇ ਆਉਣ ਹੀ ਨਹੀਂ ਦਿੱਤਾ, ਰਸਤੇ 'ਚ ਹੀ ਲੁੱਟ ਪੁੱਟ ਲਿਆ, ਰਸਤੇ 'ਚ ਗੁਰੂ ਗ੍ਰੰਥ ਸਾਹਿਬ ਤੱਕ ਤੇ ਆਉਣ ਹੀ ਨਹੀਂ ਦਿੱਤਾ। ਗੁਰੂ ਗ੍ਰੰਥ ਸਾਹਿਬ ਤੱਕ ਸਿੱਖ ਜਦੋਂ ਪਹੁੰਚੂ ਫਿਰ ਨਹੀਂ ਕਿਸੇ ਸਾਧ ਦੀ ਪਰਵਾਹ ਕਰਦਾ, ਮਾਫ ਕਰਨਾ, ਫਿਰ ਤਾਂ ਕਿਸੇ ਦੀ ਲੋੜ ਹੀ ਨਹੀਂ ਪੈਣੀ, ਪ੍ਰਚਾਰਕ ਦੀ ਲੋੜ ਵੀ ਨਹੀਂ ਪੈਣੀ ਫਿਰ ਤਾਂ ਤੈਨੂੰ, ਫਿਰ ਤੂੰ ਆਣ ਪਾਣ ਕੇ ਬਾਪੂ ਦੀ ਤਾਬਿਆ ਬਹਿ ਜਾਣਾ ਅਤੇ ਬਾਪੂ ਨਾਲ ਗੱਲਾਂ ਕਰਨੀਆਂ, ਬਾਪੂ ਅੱਜ ਮੇਰੀ ਗੁਲਾਮੀ ਦੇ ਜ਼ੰਜੀਰਾਂ ਕੱਟੀਆਂ, ਅੱਜ ਪਹਿਲੀ ਵਾਰ ਤੇਰੀ ਤਾਬਿਆ ਬਹਿ ਕੇ ਤੇਰੇ ਨਾਲ ਦੋ ਗੱਲਾਂ ਕਰ ਲੱਗਾ। ਸਿੱਖਾ ਜਗਾ ਆਪਣੇ ਆਪ ਨੂੰ, ਬੰਧਨ ਕੱਢ, ਡਰਾ ਛੱਡਿਆ, ਤੇਰੇ ਕੋਲ ਮਰਿਆਦਾ ਨਹੀਂ ਨਿਬੜੀ। ਅੱਛਾ, ਧਿਆਨ ਨਾਲ ਸੁਣਿਓ, ਤੁਹਾਡੇ ਵਿੱਚ ਵੀ ਕੋਈ ਇੱਦਾਂ ਦਾ ਬੈਠਾ ਹੋਵੇ ਤੇ ਜਾਣ ਲੱਗਿਆਂ ਸਵਾਲ ਕਰ ਲਿਓ। ਆ ਜਿਹੜੇ ਕਹਿੰਦੇ ਤੁਹਾਡੇ ਕੋਲ ਮਰਿਆਦਾ ਨਹੀਂ ਨਿਬੜੀ, ਤੁਹਾਡੇ ਕੋਲ ਬਾਣੀ ਸ਼ੁੱਧ ਨਹੀਂ ਪੜ੍ਹੀ ਜਾਣੀ, ਆ ਜਿਹੜੀਆਂ ਕੋਤਰੀਆਂ ਅਤੇ ਸੰਪਟ ਡੇਰਿਆਂ 'ਚ ਲੱਗ ਰਹੇ ਨੇ ਨਾ, ਕਦੀ ਉਹਨਾਂ ਪਾਠਾਂ ਪਾਠੀਆਂ ਦੀ ਇੰਟਰਵਿਊ ਲੈ ਕੇ ਵੇਖ ਲਓ, ਅੱਧਿਓਂ ਜ਼ਿਆਦਿਆਂ ਨੂੰ ਪਾਠ ਕਰਨਾ ਉੱਚੀ ਬੋਲਿਓ ਆਉਂਦਾ ਹੀ ਨਹੀਂ ਹੈ, ਉਹ ਦੋ ਚਾਰ ਹੀ ਮੈਕ 'ਤੇ ਪਾਠ ਕਰਨ ਵਾਲੇ ਹੁੰਦੇ, ਬਾਕੀ ਇੱਦਾਂ ਬਸ ਉੱਦਾਂ ਬਿਠਾਏ ਨੇ। ਹੁਣ ਇੰਨੇ ਕਿੱਥੋਂ, ਬਾਬਿਆਂ ਦੇ 50 ਪਾਠ ਰੱਖੇ ਨੇ, ਇੰਨੇ ਪਾਠੀ ਕਿੱਥੋਂ ਲੈ ਆਉਣਾ? ਪਾਠ ਬਹੁਤ ਸਮਾਗਮ 'ਚ ਜਾਣਾ ਕੋਈ ਨਹੀਂ, ਸੰਸਿਆ ਕਿਸੇ ਕੋਲ ਲੈਣੀ ਕੋਈ ਨਹੀਂ, ਪਾਠੀ ਇੱਕ ਦੋ ਹੁੰਦੇ ਜਿਹੜੇ ਮੈਕ 'ਤੇ ਪੜ੍ਹਨ ਵਾਲੇ ਹੁੰਦੇ ਨੇ, ਬਾਕੀਆਂ ਨੂੰ ਉੱਦਾਂ ਬਿਠਾਇਆ ਹੁੰਦਾ ਵੀ ਜਦੋਂ ਉਹ ਪੰਨਾ ਪਰਤੇ ਨਾਲ ਹੀ ਤੂੰ ਪਰਤ ਲੈਣਾ, ਇੱਦਾਂ ਹੀ ਬਸ ਤੂੰ ਪਰਤਣਾ, ਇੱਦਾਂ ਨਿਗਾਹ ਫੇਰਨੀ ਹੈ। ਹੁਣ ਜਿਹੜੇ ਤੁਹਾਡੇ 'ਚ ਵਿੱਚ ਬੈਠੇ ਜਿਨ੍ਹਾਂ ਨੇ ਇਹ ਕੰਮ ਕੀਤੇ ਉਹਨਾਂ ਨੂੰ ਤਾਂ ਸਮਝ ਆ ਗਈ ਵੀ ਗੱਲ ਇੰਝ ਹੀ ਹੁੰਦੀ ਹੈ, ਇੱਦਾਂ ਹੀ ਵਾਪਰਦਾ ਹੈ, ਅਤੇ ਪਤਾ ਦੂਜੇ ਨੂੰ ਕਿਵੇਂ, ਤੁਹਾਡੇ ਕੋਲੋਂ ਬਾਣੀ ਸ਼ੁੱਧ ਨਹੀਂ ਪੜ੍ਹੀ ਜਾਣੀ, ਤੁਹਾਡੇ ਕੋਲੋਂ ਪਾਠ ਸ਼ੁੱਧ ਨਹੀਂ ਹੋਣਾ, ਇਸ ਕਰਕੇ ਤੁਸੀਂ ਸਾਡੇ ਕੋਲੋਂ ਪਾਠ ਕਰਾਓ, ਇੱਥੋਂ ਸਾਡੇ ਡੇਰੇ 'ਚ ਕੀਤੇ ਹੋਏ ਪਾਠ ਦੀ ਮਹਾਨਤਾ ਜ਼ਿਆਦਾ ਹੈ। ਅਮੈਰੀਕਾ, ਕਨੇਡਾ, ਇਟਲੀ, ਫਰਾਂਸ, ਜਪਾਨ, ਬਾਹਰੋਂ ਵਿਚਾਰੇ ਭੋੜੇ, ਇੱਥੇ ਤਾਂ ਇਹੋ ਜਿਹੇ ਵੀ ਸਾਧ ਹੈਗੇ ਪੰਜਾਬ 'ਚ ਜਿਹੜੇ ਉੱਥੋਂ ਵਿਚਾਰੇ ਪੈਸਾ ਪਾਉਂਦੇ ਨੇ, ਬਾਬਾ ਜੀ ਅਰਦਾਸ ਕਰਦੇ ਹੋ ਸਾਡੀ ਚੜ੍ਹਦੀ ਕਲਾ ਦੀ, 1 ਲੱਖ ਦੀ ਇੱਕ ਅਰਦਾਸ, ਹੁਣ ਜਿਹੜੀ ਮਹੀਨੇ 'ਚ 2 ਅਰਦਾਸਾਂ ਵੀ ਕਰ ਲਈਆਂ 2 ਲੱਖ, ਅਤੇ ਲੱਖ 'ਤੇ ਇੰਜੀਨੀਅਰ ਹੀ ਕਮਾਉਂਦਾ ਮੇਰੇ ਖਿਆਲ 'ਚ। ਇੱਥੇ ਬਾਬੇ ਨੇ ਕਿੰਨੀ ਕਰਨੀ ਅਰਦਾਸ ਹੀ ਕਰਨੀ, ਜੇ ਕੰਮ ਬਣ ਗਿਆ ਤਾਂ ਵੀ ਠੀਕ ਹੈ, ਨਾ ਕੰਮ ਬਣ ਗਿਆ ਤਾਂ ਵੀ ਠੀਕ ਹੈ। ਸਭ ਤੋਂ ਵੱਡੀ ਲੁੱਟ ਇਸ ਕੰਮ ਦੀ ਹੋ ਰਹੀ ਹੈ, ਮਾਨਸਿਕ ਤੌਰ 'ਤੇ ਤਬਾਹੀ ਬੱਚੀ ਪਈ ਹੈ ਜਦੋਂ ਤੱਕ ਸਿੱਖ ਖੁਦ ਬਾਣੀ ਨਹੀਂ ਪੜ੍ਹਦਾ। ਹੁਣ ਤੁਸੀਂ ਪੁੱਛੋਗੇ ਇਹਦਾ ਇਲਾਜ ਕੀ, ਇਲਾਜ ਇਹ ਹੈ ਆਪਣੇ ਘਰਾਂ 'ਚ ਗੁਰਬਾਣੀ ਖੁਦ ਪੜ੍ਹਨੀ ਸ਼ੁਰੂ ਕਰ ਦਿਓ। ਮੇਰੇ ਨੌਜਵਾਨ ਵੀਰੋ, ਜਿੱਦਣ ਤੁਹਾਡੇ ਆਨੰਦ ਕਾਰਜ ਹੋਣੇ ਨੇ ਉਹ ਤੋਂ ਪਹਿਲਾਂ
अपने घर आप सहज पाठ शुरू करो, धियां भी इंज करन, अपने घर च बाणी खुद पढ़ो, सहज पाठ करो, ये भरम भुलेखे दूर हो जाएंगे। हुण जिहड़ी गल बाबे कबीर ने किड्डी वजनदार कही है, भी गज साढ़े तै ते धोतियां तेरे पाइन तग, गली जिन्ना जप माड़ियां लोटे हाथ नबग, लोटे कहिंदे गड़वियां नूं, ओए हर के संत नाखियां बनारस के ठग। अच्छा बाबा कबीर जी अगे पता की आंदे आ, ऐसे संत न मोको भावें, बाबा कबीर जी कहिंदे मैनू इहो जिहे बाबे चंगे नहीं लगते। ते साडे पंजाब वाले कहिंदे बाबा जी तुहानू नहीं चंगे लगते, सानू तां बाले ही चंगे लगते, सानू तां बहुत ही चंगे लगते। ऐसे संत न मोको भावें, डाला स्यों पेड़ा गटकावें, जेड़े जेड़े फल नहीं खांदे सबूता रोकी खा जांदे। अच्छा बंदे दी कमाई नहीं खांदे सबूता टब्बर ही खा जांदे उहदा, कईआं दे टब्बर। आ गुरमीत राम रीमेक तुसीं गल करदे हो, पता नहीं साढ़े सिखी दे वेड़े च किदां किन्ने इहो जिहे तुरे फिरदे आ, बस पब्लिक ने टके होए ने, भी उह कल्ला बंदे दे घरों कमाई नहीं खांदे, उहदा टब्बर नहीं लब्भा, न्याणे नहीं लब्भे, घरवाली नहीं लब्भी, बंदा नहीं लब्भा, सूरे दा सूरा टब्बर ही खा गया। डाला स्यों ਪੇਡਾ ਗਟਕਾਂ ਮੈਂ, ਤੇ ਹੈਗੇ ਪੂਰੇ ਡਾਕੂ ਗੁੰਡੇ ਜਿਵੇਂ ਬਦਮਾਸ਼ ਨੇ ਹੁੰਦੇ, ਬੜੇ ਬੜੇ ਲੀਡਰਾਂ ਨਾਲ ਸੰਬੰਧ ਹੈ ਭਾਈ, ਅਗਲੇ ਖੰਘਣ ਨਹੀਂ ਦਿੰਦੇ, ਅਗਲੇ ਕਹਿੰਦੇ ਜੇ ਪਿਆਰ ਨਾਲ ਸਿਰ ਝੁਕਾਤਾ ਤਾਂ ਠੀਕ ਹੈ, ਨਹੀਂ ਤੇ ਦੂਜੀ ਤਰ੍ਹਾਂ ਵੀ ਬੋਲੋ ਜੀ। ਆਉਂਦਾ ਸਾਨੂੰ ਲੈ ਆਵਾਂਗੇ ਨੱਪ ਕੇ ਤੁਹਾਨੂੰ, ਕਿਉਂਕਿ ਵੱਡੇ ਵੱਡੇ ਲੀਡਰਾਂ ਨਾਲ ਸੰਬੰਧ ਨੇ ਅਗਲੇ, ਤੇ ਲੀਡਰ ਵੀ ਜਾਂਦੇ ਵੋਟਾਂ ਕਰਕੇ ਜਾਂਦੇ ਨੇ, ਬਾਅਦ ਵਿੱਚ ਸਫਾਈਆਂ ਦਿੰਦੇ ਰਹਿੰਦੇ, ਵੀ ਅਸੀਂ ਤਾਂ ਉਦਾਂ ਹੀ ਗਏ ਸੀ, ਘੁੰਮਣ ਗਏ ਸੀ, ਪਤਾ ਨਹੀਂ ਲੱਗਾ ਸਾਨੂੰ, ਬਾਅਦ ਵਿੱਚ ਸਫਾਈਆਂ ਦਿੰਦੇ ਨੇ, ਪਰ ਸਾਰਾ ਪਤਾ ਤੁਹਾਨੂੰ ਕੋਈ ਬੰਨ ਕੇ ਲੈ ਗਿਆ, ਤੁਹਾਡੀ ਗੱਡੀ ਆਪਣੇ ਆਪ ਚੱਲੇਗੀ, ਵੀ ਇਹ ਬਲਦ ਸੀ ਵੀ ਆਪਣੇ ਆਪ ਤੁਰ ਪਏ, ਡਰਾਈਵਰ ਸੀ ਵੀ ਉਹ ਬੈਲ ਗੱਡੀ ਥੋੜ੍ਹਾ ਸੀ ਵੀ ਆਪਣੇ ਆਪ ਹੀ ਗੱਡੀ ਚੱਲ ਗਈ, ਬਲਦਾਂ ਨੂੰ ਪਤਾ ਨਹੀਂ ਸੀ ਵੀ ਅੱਗੇ ਡੇਰਾ ਆ ਗਿਆ। ਉਹ ਜ਼ਮਾਨੇ ਗਏ ਜਦੋਂ ਬੈਲਾਂ ਵਾਲੀਆਂ ਗੱਡੀਆਂ ਸੀ, ਊਠਾਂ ਵਾਲੇ ਲੋਕ ਸੀ, ਹਾਥੀਆਂ ਵਾਲੇ ਲੋਕ ਸੀ, ਹੁਣ ਤਾਂ ਗੱਡੀ ਹੈ, ਡਰਾਈਵਰ ਹੈ, ਡਰਾਈਵਰ ਨੂੰ ਪਤਾ ਹੈ ਵੀ ਕਿੱਥੇ ਜਾਣਾ ਹੈ, ਲੈ ਕੇ ਪਲੈਨਿੰਗ ਨਾਲ ਲੈ ਕੇ ਗਿਆ ਹੈ ਅਗਲਾ, ਅਤੇ ਪਤਾ ਵੀ ਕਿਉਂ ਖੜੇ ਆ, ਕਿਉਂਕਿ ਉੱਥੇ ਚਾਰ ਵੋਟਾਂ ਨੇ, ਉੱਥੇ ਸਿਰ ਝੁਕਾਉਣ ਨਾ ਕੁਝ ਸਾਨੂੰ ਮਿਲ ਜਾਣਾ, ਖਰਾਤ ਪੈ ਜਾਣੀ ਹੈ, ਬਸ ਆਹ ਨੁਕਸਾਨ। ਅੱਜ ਕੌਮ ਸਹੀ ਹੋ ਜਾਏ, ਜੇ ਗੰਦੇ, ਮਾਫ਼ ਕਰਨਾ ਮੇਰੀ ਸ਼ਬਦਾਵਲੀ ਸਿੱਧੀ ਜੀ, ਮੈਂ ਨਾ ਕਾਂਗਰਸੀਆਂ, ਨਾ ਮੈਂ ਅਕਾਲੀ, ਮੈਂ ਗੁਰੂ ਦਾ ਸਿੱਖ ਹਾਂ, ਮੈਂ ਨਾ ਕਿਸੇ ਪਾਰਟੀ ਕੋਲੋਂ ਕੁਝ ਲੈਣਾ ਹੈ, ਮੈਂ ਤਾਂ ਸਿੱਧੀ ਜੀ ਸਪਸ਼ਟ ਜੀ ਭਾਸ਼ਾ 'ਚ ਗੱਲ ਕਰਦਾ, ਵੀ ਅੱਜ ਜੇ ਕਿਤੇ ਸਾਡੇ ਲੀਡਰ ਸੁਧਰ ਜਾਣ, ਪ੍ਰਸ਼ਾਸਨ ਸਹੀ ਹੋ ਜਾਏ, ਪਿਆਰਿਓ ਆਹ ਪਖੰਡਵਾਦ ਨੂੰ ਤਾਂ ਦਿਨਾਂ 'ਚ ਠੱਲ ਪੈ ਸਕਦੀ ਹੈ, ਬੇਈਮਾਨੀ ਤਾਂ ਅੰਦਰ ਪਈ ਹੈ, ਨਸ਼ਾ ਆਪਣੇ ਆਪ ਆ ਜਾ ਰਿਹਾ ਕਿਤੇ। ਮੈਂ ਇੱਕ ਉਦਾਹਰਨ ਦੇਣ ਲੱਗਾ, ਧਿਆਨ ਨਾਲ ਸੁਣਿਓ, ਇੱਥੇ 10 ਜੂਨ ਤੋਂ ਪਹਿਲਾਂ ਜਿਹੜਾ ਕਿਸਾਨ ਪਾਣੀ ਛੱਡਦਾ ਸੀ, ਪੁਲਿਸ ਲੈ ਕੇ ਪਹੁੰਚ ਜਾਂਦੇ ਸੀ ਨਾ, ਪਤਾ ਹੀ ਹੈ ਤੁਹਾਨੂੰ ਜੀ, ਵੀ ਭਾਈ ਤੂੰ 10 ਜੂਨ ਤੋਂ ਪਹਿਲਾਂ ਪਾਣੀ ਕਿਉਂ ਛੱਡਿਆ, ਉੱਥੇ ਖੇਤ ਵੀ ਵਾਹੇ ਕਈਆਂ ਕਿਸਾਨਾਂ ਦੇ। ਹੁਣ ਅੱਜ 2-4 ਸਾਲ ਮਿਹਨਤ ਕਰਨੀ ਪਈ, ਅੱਜ ਹਰ ਕਿਸਾਨ 10 ਜੂਨ ਨੂੰ ਹੀ ਝੋਨਾ ਪਾਣੀ ਛੱਡਦਾ, ਇਹਦਾ ਅਰਥ ਇਹ ਹੈ ਵੀ ਸਰਕਾਰ ਦੇ ਪੂਰੀ ਬਰੀਕੀ ਦੇ ਨਾਲ ਕੋਈ 8 ਨੂੰ ਪਾਣੀ ਛੱਡਦਾ, ਕੋਈ 7 ਨੂੰ ਛੱਡਦਾ, ਸਾਰਿਆਂ ਨੂੰ ਇੱਕ ਸੂਤਰ 'ਚ ਪਰੋਤਾ ਵੀ ਜੇ ਪਹਿਲਾਂ ਪਾਣੀ ਛੱਡਦੇ ਹੋ ਤਾਂ ਝੋਨੇ ਨੂੰ ਪਾਣੀ ਜ਼ਿਆਦਾ ਲੈਂਦਾ ਹੈ, ਤੁਹਾਡਾ ਧਰਤੀ ਦਾ ਪਾਣੀ ਮੁੱਕ ਰਿਹਾ, ਜੇ 10 ਜੂਨ ਨੂੰ ਪਾਣੀ ਛੱਡੋ ਤਾਂ ਤੁਹਾਡਾ ਪਾਣੀ ਘੱਟ ਲੱਗੇਗਾ ਝੋਨੇ ਨੂੰ, ਉਹੀ ਤੁਹਾਡਾ ਪਾਣੀ ਆਉਣ ਵਾਲੇ ਦਿਨਾਂ 'ਚ ਕੰਮ ਆਏਗਾ। ਚਲੋ ਫਾਇਦਾ ਤਾਂ ਕਿਸਾਨ ਦਾ ਹੀ ਸੀ, ਸਿਰਫ ਗੱਲ ਤਾਂ ਇਹ ਸੀ ਵੀ ਕਿਸਾਨ ਨੂੰ ਤਾਂ ਤੁਸੀਂ ਇੱਕ ਸੂਤਰ 'ਚ ਪਰੋ ਲਿਆ, ਇਹਦਾ ਮਤਲਬ ਤੁਹਾਡੇ ਕੋਲ ਤਾਕਤ ਹੈ, ਅਤੇ ਜੇ ਇਹ ਤਾਕਤ ਨਸ਼ਿਆਂ ਵੇਲੇ ਕਿਉਂ ਨਹੀਂ ਵਰਤੀ ਜਾਂਦੀ, ਜਿਹੜੀ ਕਿਸਾਨ ਦੇ ਖੇਤ ਵਾਹੁਣ ਵੇਲੇ ਵਰਤੀ ਹੈ, ਇਹ ਤਾਕਤ ਨਸ਼ਿਆਂ ਵੇਲੇ ਕਿਉਂ ਨਹੀਂ ਵਰਤਦੇ, ਇਹਦਾ ਅਰਥ ਉਦੋਂ ਨਸ਼ੇ ਵੇਲੇ ਇਹ ਤਾਕਤ ਵਰਤਣਾ ਹੀ, ਬੋਲੋ, ਕਿਉਂਕਿ ਨਸ਼ੇ ਵੇਚਣ ਵਾਲੇ ਆਪ ਹਨ, ਆਖੋ ਸਤਨਾਮ। ਨਸ਼ਾ ਵਿੱਚ ਉਹ ਕਹਾਣੀ ਨਹੀਂ ਆਉਂਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਵੀ ਕਈ ਗਵਾਚੀ, ਜਿਹੜਾ ਲੱਭਣ ਵਾਲਾ ਸੀ ਨਾ, ਸਾਰਾ ਆਨੰਦਪੁਰ ਸਾਹਿਬ ਫੋਲ ਮਾਰਿਆ, ਲੱਭੀ ਨਾ, ਕਹਿੰਦੇ ਜਿਹੜਾ ਘਰਾਂ ਦੂਜਿਆਂ ਦੇ ਘਰਾਂ 'ਚ ਲੱਭਦਾ ਫਿਰਦਾ, ਇਹਦਾ ਘਰ ਫੋਲ ਕੇ ਵੇਖ ਲਓ, ਉਹਦੇ ਘਰ ਫੋਲਿਆ ਤੇ ਕਈ ਉਹਦੇ ਘਰੋਂ ਨਿਕਲੀ। ਆਹ ਜਿਹੜੇ ਮਾਰੇ ਮਾਰਦੇ ਫਿਰਦੇ, ਹਾਏ ਪੰਜਾਬ ਦੀ ਜਵਾਨੀ ਨੂੰ ਖਾ ਲਿਆ, ਕਿਤੇ ਘਰਾਂ ਦੀਆਂ ਤਲਾਸ਼ੀਆਂ ਕਰਕੇ ਵੇਖੋ, ਅੱਧੇ ਜ਼ਿਆਦਾ ਸਮੈਕ ਤੇ ਇਹਨਾਂ ਦੇ ਘਰਾਂ 'ਚ ਨਿਕਲ ਆਉਣੀ ਹੈ।
ਭੁੱਕੀ ਡੋਡੇ ਫੀਮ ਤਾਂ ਇਹਨਾਂ ਘਰਾਂ ਚੋਂ ਨਿਕਲ ਆਉਣਾ ਹੈ, ਨੁਕਸਾਨ ਇੱਥੇ ਹੋਇਆ ਹੈ। ਅਤੇ ਸਾਡਾ ਨੌਜਵਾਨ ਭਾਵੁਕ ਹੋ ਜਾਂਦਾ, ਦੋ ਚਾਰ ਤੱਤੀਆਂ ਤੱਤੀਆਂ ਗੱਲਾਂ ਕਰ ਦੇਵੇ, ਜਕਾਰੇ ਛੱਡ ਦੇਵੇ ਵੀ ਅਸੀਂ ਆਹ ਕਰ ਦੇਵਾਂਗੇ, ਅਸੀਂ ਅੱਖਾਂ ਮੀਟ ਕੇ ਮਗਰ ਤੁਰ ਪੈਂਦੇ ਹਾਂ। ਕਿਸੇ ਨੇ ਕੁਝ ਨਹੀਂ ਕਰਨਾ, ਬੰਦਿਆ ਤੇਰੇ ਅੰਦਰ ਬੈਠੇ ਸੱਚ ਨੇ ਤਬਦੀਲ ਕਰਨਾ, ਆਪਣੇ ਆਪਣੇ ਘਰ ਦੀ ਜ਼ਿੰਮੇਵਾਰੀ ਚੁੱਕ ਲਓ। ਇਕੱਲਾ ਇਕੱਲਾ ਬੰਦਾ ਜਦੋਂ ਠੀਕ ਹੋ ਜਾਏਗਾ, ਸਾਨੂੰ ਕਿਸੇ 'ਤੇ ਆਸ ਲਾਉਣ ਦੀ ਲੋੜ, ਕਿਸੇ ਨੇ ਨਸ਼ਾ ਬੰਦ ਨਹੀਂ ਜੇ ਕਰਾਉਣਾ, ਮਾਫ਼ ਕਰਨਾ, ਮੈਂ ਸਿੱਧੀ ਜੀ ਗੱਲ ਕਰਦਾ, ਜਿਹੜਾ ਪਰਿਵਾਰ ਨਸ਼ਾ ਨਹੀਂ ਕਰਦਾ ਉਹਦੇ ਘਰ ਦੇ ਅੱਗੇ ਵੀ ਨਸ਼ਾ ਵਿਕਦਾ ਹੋਵੇ ਉਹਦੀ ਕੋਈ ਅਹਿਮੀਅਤ ਨਹੀਂ, ਅਤੇ ਜਿਨ੍ਹਾਂ ਦੇ ਨਸ਼ੇ ਆਪ ਕਰਦੇ ਨੇ ਉਹ ਚਾਰ ਚਾਰ ਪਿੰਡਾਂ ਤੋਂ ਜਾ ਕੇ ਵੀ ਮੁੱਲ ਖਰੀਦ ਕੇ ਲੈ ਆਉਣਗੇ। ਬਸ ਆਪਣੀ ਜ਼ਿੰਮੇਵਾਰੀ ਚੁੱਕ ਲਓ ਭੈਣੋ, ਆਪ ਆਪਣੇ ਘਰਾਂ ਦੀ ਰਾਖੀ ਕਰਨੀ ਸ਼ੁਰੂ ਕਰ ਦਿਓ, ਕਿਸੇ ਨੇ ਤੁਹਾਡੇ ਘਰ ਨੂੰ ਬਚਾਉਣਾ ਨਹੀਂ। ਜਿਹੜੀ ਗੱਲ ਬਾਬੇ ਕਬੀਰ ਨੇ ਕਹੀ ਹੈ ਨਾ ਵੀ ਡਾਲਾ ਸੋ ਪੇਡਾ ਗਡਕਾਵੈ, ਇਹ ਕੇਵਲ ਅਖੌਤੀ ਧਾਰਮਿਕ ਲੋਕਾਂ 'ਤੇ ਗੱਲ ਨਹੀਂ ਟੁੱਕਦੀ, ਅਖੌਤੀ ਰਾਜਨੀਤਿਕ ਲੋਕਾਂ 'ਤੇ ਵੀ ਗੱਲ ਟੁੱਕਦੀ ਹੈ ਵੀ ਵੋਟਾਂ ਲੈਣ ਦਿਆਂ ਮਾਰਿਆ ਉਹਨਾਂ ਬੜਾ ਸਾਡਾ ਨੁਕਸਾਨ ਕੀਤਾ, ਆਓ ਵਾਪਸ ਪਰਤੀਏ। ਜਿਹੜੀ ਗੱਲ ਬਾਬੇ ਕਬੀਰ ਨੇ ਕਹੀ ਬੜੀ ਵਜਨਦਾਰ ਹੈ, ਬਾਸਨ ਮਾਂਜ ਚੜ੍ਹਾਵੈਂ ਉੱਪਰ, ਕਾਠੀ ਧੋਏ ਜਲਾਵੈਂ, ਖਾਣਾ ਵੀ ਆਪਣਾ ਆਪ ਬਣਾਉਂਦੇ ਨੇ, ਬਸੁਦਾ ਖੋਦ ਤਰੇ ਦੋਏ ਚੁੱਲ੍ਹੇ ਸਾਰੇ ਮਾਣ ਸਿਖਾਵੈਂ। ਰੋਟੀ ਬਣਾਉਣ ਲੱਗਿਆ ਮੈਂ ਉਹਦੇ ਹੱਥ ਦੀ ਨਹੀਂ ਖਾਣੀ, ਮੈਂ ਉਹਦੇ ਹੱਥ ਦੀ ਨਹੀਂ ਖਾਣੀ, ਉਹਨੂੰ ਹੱਥ ਲਾ ਤਾ ਇਸ ਕਰਕੇ ਨਹੀਂ ਖਾਣੀ, ਉੱਦਾਂ ਦੋ ਨੰਬਰ ਦੀ ਕਮਾਈ ਖਾਈ ਜਾਣੀ। ਅੱਛਾ ਧਿਆਨ ਨਾਲ ਸੁਣਿਓ, ਆ ਜਿਹੜੇ ਬੰਦੇ ਇਸ ਗੱਲ ਦਾ ਵਹਿਮ ਕਰਦੇ ਮੈਂ ਉਹਦੇ ਹੱਥ ਦਾ ਨਹੀਂ ਖਾਣਾ, ਕਦੀ ਉਹਨਾਂ ਨੇ ਨੋਟ ਚੈੱਕ ਕੀਤੇ ਵੀ ਇਹ ਬੰਦਾ ਕਮਾਈ ਕਿਹੜੀ ਕਰਕੇ ਲੈ ਕੇ ਆਇਆ? ਕਦੀ ਬੰਦੇ ਨੇ, ਜਿਹੜੇ ਬੰਦੇ ਇੰਝ ਕਹਿੰਦੇ ਜੀ ਹਾਂਜੀ ਮੈਂ ਇਸ ਬਰਤਨ 'ਚ ਨਹੀਂ ਖਾਣਾ, ਮੈਂ ਉਸ ਬਰਤਨ 'ਚ ਨਹੀਂ ਖਾਣਾ, ਕਦੀ ਬੰਦੇ ਨੇ ਇਹ ਚੈੱਕ ਕੀਤਾ ਵੀ ਆੜਾ ਮੈਂ ਆਟਾ ਦਾਲ ਦੁੱਧ ਇਹ ਛੱਕ ਰਿਹਾ, ਇਹ ਕਮਾਈ ਕਿਹੜੀ ਦਾ ਆਇਆ? ਦਸਾਂ ਨਵਾਂ ਦੀ ਕਿਰਤ ਹੈ ਕਿ ਬੇਈਮਾਨੀ ਦੀ ਕਮਾਈ ਹੈ? ਕਦੀ ਪਤਾ ਕੀਤਾ? ਨਹੀਂ, ਲੋੜ ਹੀ ਨਹੀਂ ਹੈ, ਕਿਉਂਕਿ ਸਮਾਜ ਵਿੱਚ ਇਹ ਚੀਜ਼ਾਂ ਦਾ ਵਿਖਾਵਾ ਬੜਾ ਜ਼ਿਆਦਾ ਹੈ। ਤੋ ਗੁਰਦੇਵ ਪਿਤਾ ਮਹਾਰਾਜ ਸਮਝਾਉਂਦੇ ਨੇ, ਪਿਆਰਿਆ ਇਹੋ ਜਿਹੇ ਪਖੰਡ ਛੱਡ, ਇਹਨਾਂ ਪਖੰਡਾਂ ਨੇ ਤੇਰੀ ਜ਼ਿੰਦਗੀ ਤਬਾਹ ਕੀਤੀ। ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰ ਜਿਤ ਸੂਟੈ। ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਇੱਥੇ ਗੱਲ ਗੁਰੂ ਦੀ ਹੋ ਰਹੀ ਹੈ, ਜਿਹੜਾ ਆਪਣੇ ਗੁਰੂ ਦੇ ਬਚਨਾਂ ਨੂੰ ਕਮਾ ਲਵੇਗਾ, ਸਿੱਖਿਆ ਪੱਲੇ ਬੰਨ ਲਵੇਗਾ, ਉਹ ਬੁਰਿਆਂ ਕੰਮਾਂ ਤੋਂ ਬਚ ਜਾਏਗਾ। ਤੋ ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਹੇ ਰੱਬ ਜੀ ਮੇਰੇ ਸੁੱਖਾਂ ਦੇ ਦਾਤੇ ਤੁਸੀਂ ਹੋ, ਅਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਸਭ ਸੁੱਖ ਦਾਤਾ ਰਾਮ ਹੈ, ਦੂਸਰ ਪੜ੍ਹੋ ਦੂਸਰ ਦੂਜਾ ਹੈ ਹੀ ਕੋਈ ਨਹੀਂ ਮਹਾਰਾਜ ਕਹਿੰਦੇ ਨੇ। ਅਤੇ ਆਪਾਂ ਰੋਜ਼ ਜਪਜੀ ਸਾਹਿਬ ਜੀ ਪੜ੍ਹਦੇ ਹਾਂ, ਸਭਨਾ ਜੀਆਂ ਕਾ, ਪੜ੍ਹੋ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਰਿਆਂ ਜੀਆਂ ਦਾ ਦਾਤਾ ਇੱਕੋ ਹੀ ਹੈ, ਇਹ 'ਚ ਕੋਈ ਸ਼ੱਕ ਨਹੀਂ, ਪਰ ਨਾਲ ਕਿਹਾ ਦਾਤਾ ਜੀ ਮੈਨੂੰ ਭੁੱਲ ਨਾ ਜਾਏ। ਦਾਤਾ ਤੇ ਕੀ, ਸਾਨੂੰ ਭੁੱਲਿਆ ਪਿਆ? ਇੱਥੇ ਕੋਈ ਲੱਖਾਂ ਦਾ ਦਾਤਾ ਬਣ ਗਿਆ, ਕੋਈ ਕਿਸੇ ਬੰਦੇ ਨੂੰ ਦਾਤਾ ਬਣਾ ਕੇ ਬੈਠੇ, ਕੋਈ ਕਿਸੇ ਨੂੰ ਦਾਤਾ ਬਣਾ ਕੇ ਬੈਠੇ। ਆਓ ਬਾਕੀਆਂ ਦੀ ਗੱਲ ਛੱਡੋ, ਜਿੰਨੇ ਕੁ ਆਪਾਂ ਪੰਡਾਲ 'ਚ ਬੈਠੇ ਆਪੇ ਪ੍ਰਣ ਕਰਕੇ ਜਾਈਏ। ਦੁੱਖ ਆਵੇ, ਸੁੱਖ ਆਵੇ, ਗਰੀਬੀ ਆਵੇ, ਅਮੀਰੀ ਆਵੇ, ਦਾਤਾ ਤੁਹਾਡਾ ਦਰ ਛੱਡ ਕੇ ਮੈਂ ਕਿਸੇ ਹੋਰ ਦਰ 'ਤੇ ਨਹੀਂ ਜਾਣਾ, ਕਿਉਂਕਿ ਮੈਂ ਸਿਰਫ ਤੁਹਾਨੂੰ ਹੀ ਆਪਣਾ ਮੁਕਤੀ ਦਾਤਾ ਮੰਨਿਆ। ਤੂੰ ਕਾਹੇ ਡੋਲੈ ਪ੍ਰਾਣੀਆਂ, ਤੁਦ ਰਾਖੇਗਾ ਸਿਰਜਣਹਾਰ, ਜਿਨ ਪਦਾਇਸ਼ ਤੂੰ ਕੀਆ, ਪੜ੍ਹੋ ਸੋਈ ਦੇ ਆਧਾਰ, ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ। ਉਹ ਕਿੱਥੇ ਰਹਿੰਦਾ ਮਹਾਰਾਜ ਕਹਿੰਦੇ, ਘੱਟ ਘੱਟ ਮਾਲਕ ਦਿਲਾਂ ਕਾ, ਉਹ ਰਹਿੰਦਾ ਵੀ ਸਾਡੇ ਅੰਦਰ ਹੀ ਆ, ਬਾਹਰ ਥੋੜਾ। ਘੱਟ ਘੱਟ ਮਾਲਕ ਦਿਲਾਂ ਕਾ, ਸੱਚਾ ਪਰਵਦਗਾਰ, ਕੁਦਰਤ ਕੀਮ ਨਾ ਜਾਣੀ ਹੈ, ਉਹਦੀ ਕੁਦਰਤ ਦੀ ਕੀਮਤ ਨਹੀਂ ਬਿਆਨ ਕਰ ਸਕਦੇ ਆਪਾਂ। ਵੱਡਾ ਵੇ ਪਰਵਾਹ, ਕਰ ਬੰਦੇ ਤੂੰ ਬੰਦਗੀ, ਪੜ੍ਹੋ ਕਰ ਬੰਦੇ ਤੂੰ ਬੰਦਗੀ, ਜਿਚਰ ਜਦੋਂ ਤੱਕ ਸਵਾਸ ਹੈ ਉਦੋਂ ਤੱਕ ਉਹਦੇ ਨਿਯਮਾਂ ਦਾ ਪਾਲਣ ਕਰ। ਕਿਤੇ ਪਾਸੇ ਜਾਣ ਦੀ ਲੋੜ ਨਹੀਂ ਤੈਨੂੰ, ਕਿਤੇ ਭਟਕਣ ਦੀ ਲੋੜ ਨਹੀਂ ਹੈ, ਇੱਕੇ ਦਰ ਤੇ ਹੋ ਜਾ, ਕਿਉਂਕਿ ਕਬੀਰ ਸੁਖ ਨਾਏ ਜੋਗ, ਕਰੈ ਜੋਗੋ ਤੇ ਮੀਤ, ਜੋ ਚਿਤ ਰੱਖੇ ਇੱਕ ਸਿਉ,
ਤੇ ਸੁਖ ਪਾਵੈ ਨੀਤ। ਬਹੁਤੇ ਮਿੱਤਰ ਬਣਾਏਗਾ, ਦੁਖੀ ਹੋਏਗਾ। ਇੱਕੋ ਹੀ ਬਣਾ ਆਪਣੀ ਜ਼ਿੰਦਗੀ, ਕਿਹੜਾ? ਸੱਜਣ ਸੱਚਾ, ਪੜੋ, ਸੱਜਣ ਸੱਚਾ ਪਾਤਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ। ਆਪਣਾ ਮਿੱਤਰ ਗੁਰੂ ਨੂੰ ਬਣਾ, ਬਾਣੀ ਚ ਲਿਖਿਆ, ਕਰੋ ਬੇਨੰਤੀ ਸੁਣੋ ਮੇਰੇ। ਵੇਖੋ ਮਹਾਰਾਜ, ਮਿੱਤਰ ਵੀ ਲੋਕ ਨਾ ਆਪਣੇ ਬਰਾਬਰ ਦਾ ਬਣਾਉਂਦੇ ਆ। ਤਕੜਾ ਬੰਦਾ ਮਹਾਤੜ ਨੂੰ ਮਿੱਤਰ ਬਣਾਉਣ ਲਈ ਵੀ ਤਿਆਰ ਨਹੀਂ, ਪਰ ਵੇਖੋ ਮਾਲਕ ਦੀ ਵਡਿਆਈ, ਸਾਨੂੰ ਆਪਣਾ ਮਿੱਤਰ ਬਣਾਇਆ। ਐਦਾਂ ਰਾਤ ਨੂੰ ਸੌਣ ਲੱਗਿਆ ਪੜ੍ਹ ਕੇ ਸੁਣਨੇ ਆਪਾਂ, ਕਰੋ ਬੇਨੰਤੀ, ਐਦਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇੜਾ ਇਹਾਂ ਖਾਟ, ਚਲੋ ਹਰ ਲਾਹ ਆ ਗਏ ਔਤ ਘਟੈ ਦਿਨ ਸਰੈਨਾਰੇ ਮਨ। ਕਿਆ 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 ਗੁਰੂ ਸਾਹਿਬ ਨੇ ਮਿੱਤਰਤਾ ਹੀ ਨਿਭਾਈ, ਸਾਨੂੰ ਆਪਣਾ ਮਿੱਤਰ ਕਿਹਾ। ਆ ਮੇਰਿਆ ਮਿੱਤਰਾ, ਆਪਾਂ ਗੱਲ ਕਰੀਏ ਕੋਈ, ਕਿੰਨੇ ਸ਼ਬਦ ਬਾਣੀ ਵਿੱਚ ਇੱਦਾਂ ਦੇ ਮਿਲਦੇ ਨੇ। ਗੁਰਦੇਵ ਪਿਤਾ ਮਹਾਰਾਜ ਨੇ ਹਵਾਲੇ ਦੇ ਕੇ ਸਾਨੂੰ ਸਮਝਾਇਆ, ਤੇ ਇਸ ਕਰਕੇ ਆਓ ਸਾਡਾ ਫਰਜ਼ ਬਣਦਾ। ਸਾਡੀ ਜ਼ਿੰਦਗੀ ਦਾ ਇੱਕੋ ਦਾਤਾ ਹੈ ਅਕਾਲ ਪੁਰਖ ਪਰਮਾਤਮਾ, ਕਿਸੇ ਬੰਦੇ ਅੱਗੇ ਸਿਰ ਝੁਕਾਉਣ ਦੀ ਲੋੜ ਨਹੀਂ। ਜਿਹੜਾ ਕੋਈ ਆਪਣੇ ਘਰ 'ਚ ਕੋਈ ਫੋਟੋ ਰੱਖ ਕੇ ਬੈਠਾ, ਹੌਲੀ ਹੌਲੀ ਜਲ ਪ੍ਰਵਾਹ ਕਰ ਦਿਓ ਗੁਰੂ ਦੇ ਉੱਤੇ। ਇੱਥੇ ਤਾਂ ਤਮਾਸ਼ਾ ਬਣਾਤਾ ਸਾਡੇ ਪੰਜਾਬੀਆਂ ਨੇ। ਆ ਇੱਕ ਵਾਰੀ ਮੈਨੂੰ ਯਾਦ ਹੈ, ਮੈਂ ਲੁਧਿਆਣਿਓਂ ਆ ਰਿਹਾ ਸੀ ਅਤੇ ਪੰਜ ਪਿਆਰੇ ਨਗਰ ਕੀਰਤਨ ਨਿਕਲ ਰਿਹਾ, ਮੈਂ ਗੱਡੀ ਸਾਈਡ 'ਤੇ ਲਾ ਲਈ। ਮੈਂ ਕਿਹਾ ਮਹਾਰਾਜ ਦਾ ਸਰੂਪ ਆ ਰਿਹਾ ਸਾਈਡ 'ਤੇ, ਬਾਅਦ 'ਚ ਪਤਾ ਲੱਗਾ ਬਾਬਾ ਜੀ ਦੀਆਂ ਹੱਡੀਆਂ ਆ ਰਹੀਆਂ ਨੇ ਪਾਣੀ 'ਚ ਪਾਉਣ ਵਾਸਤੇ। ਮੈਨੂੰ ਨਾਂ ਲੈਣ ਦੀ ਲੋੜ ਨਹੀਂ, ਤੁਹਾਨੂੰ ਪਤਾ ਹੀ ਹੈ ਕਿਉਂਕਿ ਵੱਡਾ ਕਾਫਲਾ ਸੀ, ਬਹੁਤ ਵੱਡਾ। ਬਾਬਾ ਜੀ ਦੀਆਂ ਹੱਡੀਆਂ ਪਾਣੀ 'ਚ, ਹੁਣ ਮੈਂ ਫੁੱਲ ਸ਼ਬਦ ਪਤਾ ਕਿਉਂ ਨਹੀਂ ਬੋਲੇ, ਕਿਉਂਕਿ ਫੁੱਲ ਤਾਂ ਹੁੰਦੇ ਹੀ ਨਹੀਂ, ਹੁੰਦੇ ਤਾਂ ਹੱਡੀ ਆ। ਜਿਉਂਦੇ ਆਪਾਂ ਕਹਿੰਦੇ ਹਾਂ ਪਰਾਂ ਕਰ ਮਾੜੀ ਜੀ ਹੱਡੀ ਚੁੱਭਦੀ ਮੈਨੂੰ, ਅਤੇ ਮਰਨ ਤੋਂ ਬਾਅਦ ਕੀ ਬਣ ਜਾਂਦੇ ਜੀ? ਬੋਲੋ, ਫੁੱਲ ਬਣ ਜਾਂਦੇ ਨੇ। ਫਿਰ ਉਹਨਾਂ ਨੂੰ ਇਕੱਠੀਆਂ ਕੀਤਾ, ਬਾਬਾ ਜੀ ਦੀਆਂ ਹੱਡੀਆਂ ਦੀ ਅਗਵਾਈ ਪੰਜ ਪਿਆਰੇ ਕਰਦੇ ਆ। ਉਦੋਂ ਕਿਸੇ ਦਾ ਹਿਰਦਾ ਨਹੀਂ ਵਲੂੰਦਰਿਆ ਜਾਂਦਾ ਵੀ ਕਿਆ ਤਮਾਸ਼ਾ ਬਣਾਤਾ, ਸੰਗਤ ਏਦਾਂ ਪਬਲਿਕ ਰਸਤੇ 'ਚ ਖਲੋਤੀ ਹੈ, ਬਾਬਾ ਜੀ ਦੀਆਂ ਹੱਡੀਆਂ ਦੇ ਦਰਸ਼ਨ ਕਰ ਲਈ। ਗੁਰੂ ਗੁਰੂ ਸਾਹਿਬ ਦੀ ਬਾਣੀ ਕੀ ਆਉਂਦੀ, ਪਹਿਲਾਂ ਦੀਵਾ ਮੇਰਾ ਏਕ ਨਾ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਨ ਸੁਕਿਆ ਚੂਕਾ ਜਮ ਸਿਓ ਮੇਲ। ਰੱਬ ਜੀ, ਮੈਂ ਹੁਣ ਮੜੀਆਂ ਕਬਰਾਂ 'ਤੇ ਦੀਵਾ ਨਹੀਂ ਜਗਾਉਂਦਾ, ਮੈਂ ਤੁਹਾਡੇ ਨਾਮ ਨੂੰ ਦੀਵਾ ਬਣਾ ਲਿਆ ਅਤੇ ਆਪਣੇ ਦੁੱਖਾਂ ਨੂੰ ਘੋਲ ਕੇ ਤੇਲ ਬਣਾ ਕੇ ਤੁਹਾਡੇ ਨਾਮ ਦੇ ਦੀਵੇ ਦੇ ਵਿੱਚ ਪਾ ਤਾ। ਹੁਣ ਜਿਉਂ ਜਿਉਂ ਤੇਲ ਸੜਦਾ ਦੁੱਖ ਸੜਦੇ ਆ ਅਤੇ ਮੈਂ ਸੁਖੀ ਹੋਈ ਜਾਂਦਾ। ਦੀਵਾ ਮੇਰਾ ਏਕ ਨਾਮ, ਪੜ੍ਹੋ, ਦੀਵਾ ਮੇਰਾ ਦੁੱਖ ਵਿੱਚ ਪਾਇਆ ਅਤੇ ਇੱਦਾਂ ਪੜ੍ਹਨ ਨੂੰ ਦੁੱਖ ਵਿੱਚ ਪਾਇਆ ਤੇਲ, ਦੁੱਖਾਂ ਦਾ ਤੇਲ ਬਣਾ ਕੇ ਤੁਹਾਡੇ ਨਾਮ ਦੇ ਦੀਵੇ 'ਚ ਪਾ ਤਾ। ਅਤੇ ਜਦੋਂ ਚਾਨਣ ਹੁੰਦਾ ਕੀ ਸੜਦਾ ਜੀ? ਤੇਲ। ਇੱਥੇ ਕੀ ਆ? ਦੁੱਖ। ਜਿਉਂ ਜਿਉਂ ਚਾਨਣ ਹੋਏਗਾ ਮੇਰੇ ਦੁੱਖ ਸੜਦੇ ਜਾਣੇ ਆ ਅਤੇ ਮੈਂ ਸੁਖੀ ਹੋਈ ਜਾਣਾ। ਦੀਵਾ ਮੇਰਾ ਇਹ ਅੱਛਾ, ਜਿੰਨੇ ਦੀਵੇ ਬਾਹਰਲੇ ਜਗਾਏ ਆ, ਜਿਹੜਾ ਮਾੜਾ ਮੋਟਾ ਤੇਲ ਸੀ ਉਹ ਫੂਕ ਆਏ, ਰੋਸ਼ਨੀ ਕਿੱਥੋਂ ਹੋਣੀ ਸੀ? ਖੁਸ਼ਕੀ ਖੁਸ਼ਕੀ ਹੋਰ ਵੱਧ ਗਈ ਸਗੋਂ। ਅਤੇ ਜੇ ਆਹ ਦੀਵਾ ਜਗਾਵਾਂਗੇ ਦੁੱਖ ਸੜ ਜਾਣੇ ਆ ਅਤੇ ਸੁੱਖ ਰਹੇਗਾ ਜੀਵਨ ਦੇ ਵਿੱਚ। ਹੁਣ ਆਪੇ ਫੈਸਲਾ ਕਰ ਲਓ ਵੀ ਕਿਹੜੇ ਦੀਵੇ ਵੱਧ ਜਗਾਉਣੇ। ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਨ ਸੋਕਿਆ ਚੂਕਾ ਜਮ ਸਿਓ ਮੇਲ। ਲੋਕਾ ਮਤ ਕੋ ਫਕੜ ਪਾਏ, ਹੇ ਦੁਨੀਆਂ ਦੇ ਲੋਕੋ ਮੇਰੀ ਗੱਲ ਦਾ ਮਜ਼ਾਕ ਨਾ ਉਡਾਓ, ਗੁਰੂ ਨਾਨਕ ਸਾਹਿਬ ਕਹਿੰਦੇ ਲੋਕਾ ਮਤ ਕੋ ਫਕੜ ਪਾਏ, ਲੱਖ ਮੜਿਆ ਕਰ ਇਕੱਠੇ ਏਕ ਰਤੀਲੇ ਪਾ। ਲੱਖਾਂ ਮਣ ਲੱਕੜਾਂ ਦਾ ਢੇਰ ਇਕੱਠਾ ਕਰ ਲਓ, ਇੱਕ ਨਿੱਕੀ ਜੀ ਅੱਗ ਦੀ ਚੰਗਿਆੜੀ ਉਹਨਾਂ ਸਾਰੀਆਂ ਲੱਕੜਾਂ ਨੂੰ ਸਾੜ ਕੇ ਸਵਾਹ ਕਰ ਸਕਦੀ ਹੈ। ਅੱਗੇ ਪਤਾ ਕੀ, ਪਿੰਡ ਪੱਤਲ ਆ ਸੁਣਿਓ, ਜਿਹੜੇ ਆ ਮਰਨ ਤੋਂ ਬਾਅਦ ਆ ਚੱਕੀ ਫਿਰਦੇ ਆ, ਕੋਈ ਫੁੱਲ ਉੱਥੇ ਪਾਉਣ ਜਾਂਦਾ, ਕੋਈ ਉੱਥੇ ਪਾਉਣ ਜਾਂਦਾ, ਆ ਸਾਡਾ ਤਮਾਸ਼ਾ ਬਣ ਗਿਆ ਪੰਜਾਬੀਆਂ ਦਾ। ਸਾਡੇ ਵੀ ਆ ਗੋਂਦਵਾਲ ਦੇ ਲਾਗੇ ਬਣਾਈ ਹੋਈ ਆ ਨਾ, ਉਹ ਜਦੋਂ ਮਾੜਾ ਜਿਹਾ ਪਾਣੀ ਘੱਟਦਾ ਨਾ ਫਿਰ ਟਰੈਕਟਰ ਨਾਲ ਗਾਂਹ ਖਿੱਚਦੇ, ਵਿੱਚੇ ਸੁਲੱਖਣ ਸੋਂ, ਵਿੱਚੇ ਹੀ ਸਰ, ਮੈਂ ਆਪਣਾ ਨਾਮ ਵੀ ਲੈ ਦਿੰਦਾ, ਵਿੱਚੇ ਸਰਵੀ ਸੋਂ, ਵਿੱਚੇ ਮਿੰਦਰ ਸੋਂ, ਵਿੱਚੇ ਜਗਿੰਦਰ, ਸਭ ਰਲੇ ਹੁੰਦੇ ਆ। ਜਦੋਂ ਪਾਉਣ ਜਾਂਦੇ ਨਾ ਇੱਦਾਂ ਬੋਝ ਬੋਝ ਕੇ, ਵੇਖ ਕਿਤੇ ਪਾਪਾ ਜੀ ਨੂੰ ਸੱਟਣ ਲੱਗ ਜੇ, ਹੁਣ ਕਿੱਥੋਂ ਸੱਟ ਲੱਗਣੀ ਆ? ਜਦੋਂ ਅੱਧੀ ਰਾਤ ਆਵਾਜ਼ ਦਿੰਦਾ ਸੀ ਉਦੋਂ ਤਾਂ ਟੱਬਰ ਆਵਾਜ਼ ਨਹੀਂ ਸੀ ਦਿੰਦਾ, ਹੁਣ ਆਵਾਜ਼ ਕਿੱਥੋਂ ਆਉਣੀ ਹੈ? ਆ ਜਿਹੜੇ ਵਹਿਮ ਕਰਦੇ ਆ, ਜਿੰਨੀ ਆਪਣੀਆਂ ਕੋਠੀਆਂ ਨੂੰ ਰੇਤਾ ਲੱਗੀ ਹੈ, ਕਿੱਥੋਂ ਆਈ ਹੈ ਜੀ ਭਲਾ? ਨਹਿਰਾਂ 'ਚੋਂ ਆਈ ਹੈ, ਦਰਿਆਵਾਂ 'ਚੋਂ ਆਈ ਹੈ,
ਤੇ ਹੁਣ ਉਹਦਾ ਆਪਾਂ ਡਰਦੇ ਹਾਂ ਤੇ ਬਾਪੂ ਦੀ ਰਾਖ ਵੀ ਨਹਿਰ 'ਚ ਪਾਈ ਆ, ਹੁਣ ਉਹ ਰੇਤਾ ਛੱਤ ਨੂੰ ਲੱਗੀ ਹੈ, ਬਾਪੂ ਛੱਤ ਨੂੰ ਲੱਗਾ ਹੈ। ਮੜੀਆਂ ਤੇ ਘਰੋਂ ਬਾਹਰ ਬਣਾ ਲਈਆਂ, ਰੇਤਾ ਬਜਰੀ ਤੇ ਉੱਥੋਂ ਹੀ ਆ ਰਹੀ ਹੈ। ਕਿਆ ਤਮਾਸ਼ਾ ਬਣ ਗਿਆ ਸਾਡੀ ਕੌਮ ਦਾ। ਏਦਾਂ ਫਿਰ ਸੀਟ ਟਿਕਟ ਕਟਾਉਣਗੇ ਸਪੈਸ਼ਲ, ਫਿਰ ਪਾਣੀ 'ਚ ਰੋੜਨ ਜਾਣਗੇ, ਫਿਰ ਉਹਨੂੰ ਕਈ ਤਾਂ ਪਾਠ ਵੀ ਸੁਣਾਉਂਦੇ ਆ, ਕਹਿੰਦੇ ਜੀ ਇਹ ਜਲ ਪ੍ਰਵਾਹ ਕਰਕੇ ਨਹੀਂ ਆਏ, ਕਹਿੰਦੇ ਖੰਡ ਪਾਠ ਸੁਣਾ ਰਹੇ ਆ ਨਾ ਇਹਨੂੰ। ਬਾਪੂ ਜੀ ਨੂੰ ਕੀ ਸੁਣਾ ਰਹੇ ਆ? ਖੰਡ ਪਾਠ ਸੁਣਾ ਰਹੇ ਆ। ਜਦੋਂ ਬਾਪੂ ਦੇ ਕੰਨ ਹੈਗੇ ਸੀ ਉਦੋਂ ਬਾਣੀ ਚੰਗੀ ਨਹੀਂ ਸੀ ਲੱਗਦੀ, ਸਾਰੀ ਦਿਹਾੜੀ ਗੁਰਦੁਆਰੇ ਤਾਸ਼ ਖੇਡ ਕੇ, ਜਦੋਂ ਸ਼ਾਮਾਂ ਨੂੰ ਭਾਈ ਸਾਹਿਬ ਸੁੰਦਰ ਪੜ੍ਹਨ ਲੱਗਦੇ ਸੀ, ਬਾਪੂ ਜੀ ਉੱਠ ਕੇ ਘਰ ਨੂੰ ਆ ਜਾਂਦੇ ਸੀ। ਹੁਣ ਮਗਰ